ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਸਮੂਹ ਰਾਏ ਪਰਿਵਾਰ ਅਤੇ ਭਨੋਟ ਪਰਿਵਾਰ ਵੱਲੋਂ ਸਵਰਗੀ ਪੂਨਮ ਭਨੋਟ ਦੀ ਯਾਦ ਨੂੰ ਸਮਰਪਿਤ ਕੁਲਦੀਪ ਸਿੰਘ ਰਾਏ UK, ਸੰਜੀਵ ਭਨੋਟ UK ਵੱਲੋਂ ਕੈਂਸਰ ਰੋਕੋ ਚੈਰੀਟੇਬਲ ਟਰੱਸਟ UK ਦੇ ਸਹਿਯੋਗ ਨਾਲ ਪਹਿਲਾ ਕੈਂਸਰ ਰੋਕੋ ਕੈਂਪ ਗੁਰਦੁਆਰਾ ਸਿੰਘ ਸਭਾ ਬੋਪਰ ਰਾਏ ਗੁਰਾਇਆ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਵਾ ਸਿੰਘ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਕੈਂਪ ਦੌਰਾਨ ਕੈਂਸਰ ਰੋਕੋ ਚੈਰੀਟੇਬਲ ਟਰੱਸਟ UK ਦੇ ਮਾਹਰ ਡਾਕਟਰ ਹਨੀਸ਼ਪੁਰੀ ਅਤੇ ਡਾਕਟਰ ਗਗਨਪੁਰੀ ਦੀ ਟੀਮ ਵੱਲੋਂ ਮਰੀਜ਼ਾਂ ਨੂੰ ਕੈਂਸਰ ਦੀ ਬਿਮਾਰੀ ਦੇ ਲੱਛਣਾਂ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ 252 ਮਰੀਜ਼ਾਂ ਦਾ ਵੱਖ ਵੱਖ ਬਿਮਾਰੀਆਂ ਦਾ ਚੈੱਕਅਪ ਕਰਕੇ ਫ੍ਰੀ ਦਵਾਈ ਦਿੱਤੀ ਗਈ। ਇਸ ਮੌਕੇ ਬੋਲਦਿਆਂ ਬਲਜਿੰਦਰ ਸਿੰਘ ਰਾਏ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਿਹਤ ਸਹੂਲਤਾਂ ਮਹਿੰਗੀਆਂ ਹੋਣ ਕਰਕੇ ਗਰੀਬ ਪਰਿਵਾਰ ਲਈ ਇਲਾਜ ਕਰਵਾਉਣਾ ਮੁਸ਼ਕਿਲ ਹੈ। ਉਹਨਾਂ NRI ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਉਹ ਇੱਕ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਸੇਵਾ ਸਿੰਘ ਪ੍ਰਧਾਨ, ਸੁੱਚਾ ਸਿੰਘ ਰਾਏ, ਵਿੱਕੀ ਬੋਪਰ ਰਾਏ, ਹਰਜਿੰਦਰ ਸਿੰਘ, ਕਮਲਦੀਪ ਸਿੰਘ, ਸਾਹਿਬ ਕੋਚਰ, ਹਰਪ੍ਰੀਤ ਸਿੰਘ ਖਾਲਸਾ, ਬਲਜਿੰਦਰ ਸਿੰਘ ਰਾਏ, ਗੁਰਮੀਤ ਸਿੰਘ ਨਾਮਧਾਰੀ, ਦਾਰਾ ਸਿੰਘ ਰਾਏ, ਅਰਜਨ ਸਿੰਘ ਬਾਂਸਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਅੱਜ ਪਿੰਡ ਬੋਪਰ ਰਾਏ ਵਿੱਚ NRI ਵੀਰ ਅਤੇ ਨਗਰ ਵਾਸੀਆਂ ਵੱਲੋਂ ਕੈਂਸਰ ਰੋਕੂ ਕੈਂਪ ਲਗਾਇਆ ਗਿਆ, ਜਿਸ ਵਿੱਚ ਫ੍ਰੀ ਚੈੱਕਅਪ ਚੈੱਕ ਕੀਤਾ ਗਿਆ, ਫ੍ਰੀ ਮੈਡੀਸਨ ਦਿੱਤੀ ਗਈ, ਜਿਹਦੇ ਵਿੱਚ BP ਦਾ, ਬਲੱਡ ਸ਼ੂਗਰ ਦਾ ਅਤੇ ਦੁੱਧਾਂ ਦਾ ਟੈਸਟ ਕੀਤਾ ਗਿਆ। ਅਤੇ ਇੱਦਾਂ ਦੇ ਕੈਂਪ ਹੀ ਆਮ ਪਿੰਡਾਂ ਵਿੱਚ ਲੱਗਣੇ ਚਾਹੀਦੇ ਆ, ਵੱਧ ਤੋਂ ਵੱਧ ਜਿਨ੍ਹਾਂ ਵਿੱਚ ਗਰੀਬ ਤਬਕੇ ਨੂੰ ਫਾਇਦਾ ਹੋ ਸਕੇ। ਮੈਂ ਧੰਨਵਾਦ ਕਰਦਾ NRI ਵੀਰਾਂ ਦਾ, ਸਮੂਹ ਨਗਰ ਨਿਵਾਸੀਆਂ ਦਾ, ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਇੱਕ ਵੱਡਾ ਕਦਮ ਚੱਕਿਆ ਕਿ ਕਈਆਂ ਨੂੰ ਫਾਇਦਾ ਇਹਦੇ ਵਿੱਚ ਹੋਇਆ। ਧੰਨਵਾਦ ਕਰਦਾ ਡਾਕਟਰ ਸਾਹਿਬ ਜਿਹੜੇ ਆਏ ਹੈਗੇ ਆ, ਮਾਹਿਰ ਡਾਕਟਰ ਆ, ਉਹਨਾਂ ਨੇ ਵੀ ਇਹ ਕਿੱਡਾ ਵੱਡਾ ਸਹਿਯੋਗ ਸਾਡਾ ਦਿੱਤਾ ਅਤੇ ਬਹੁਤ ਵਧੀਆ ਕੈਂਪ ਦਾ ਇਹ ਸੰਪੂਰਨ ਹੋਇਆ ਹੈ ਜੀ। ਅਤੇ ਮਹਿੰਗੇ ਟੈਸਟਾਂ ਤੋਂ ਆਮ ਜਨਤਾ ਬਚ ਸਕਦੀ ਆ, ਇੱਦਾਂ ਦੇ ਉਪਰਾਲੇ ਪਿੰਡਾਂ ਵਿੱਚ ਹੋਣੇ ਚਾਹੀਦੇ ਆ।